ਅੱਜ ਮੈਂ ਮੋਗਾ ਸ਼ਹਿਰ ਤੋਂ ਗੁਰਦੁਆਰਾ ਬਾਬਾ ਨਾਨਕ ਸਿੰਘ ਜੀ ਨਾਨਕਸਰ ਵੱਲ ਨੂੰ ਜਾ ਰਿਹਾ ਸੀ। ਨਾਨਕਸਰ ਮੋਗਾ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੂਰ ਸੀ। ਸਵੇਰ ਦੇ 6:00 ਵੱਜ ਚੁੱਕੇ ਸੀ ਤੇ ਚੜਦੇ ਸੂਰਜ ਦਾ ਨਜ਼ਾਰਾ ਤਾਂ ਬਹੁਤ ਜ਼ਿਆਦਾ ਖੂਬਸੂਰਤ ਸੀ। ਥੋੜਾ ਚੱਲਣ ਤੋਂ ਬਾਅਦ ਮੈਂ ਮੋਗਾ ਸ਼ਹਿਰ ਦਾ ਬੱਸ ਸਟੈਂਡ ਪਾਰਕ ਕਰ ਲਿਆ ਤੇ ਚੋਖਾਂ ਪੈਰ ਨੂੰ ਪਾਰ ਕਰਦਾ ਹੋਇਆ ਮੋਗਾ ਸਿਟੀ ਤੋਂ ਬਾਹਰ ਹੋ ਗਿਆ। ਲਗਭਗ 15 ਕਿਲੋਮੀਟਰ ਲਗਾਤਾਰ ਚੱਲਣ ਤੋਂ ਬਾਅਦ ਮੈਂ ਜੀਤਵਾਲ ਪਹੁੰਚ ਗਿਆ। ਸ਼ਹਿਰ ਨੂੰ ਪਾਰ ਕਰਦੇ ਹੀ ਮੈਂ ਇੱਕ ਜਗ੍ਹਾ ਤੇ ਬੈਠ ਕੇ ਪਾਣੀ ਪੀਤਾ ਤੇ ਥੋੜੀ ਰੈਸਟ ਵੀ ਕਰ ਲਈ। ਨੂੰ ਪਾਰ ਕਰਦੇ ਹੀ ਮੈਂ ਫਾਟਕਾਂ ਨੂੰ ਪਾਰ ਕੀਤਾ ਤੇ ਗੁਰਦੁਆਰਾ ਸਾਹਿਬ ਵਿੱਚ ਐਂਟਰ ਹੋ ਗਿਆ। ਗੁਰਦੁਆਰਾ ਸਾਹਿਬ ਪਹੁੰਚਦੇ ਹੀ ਸਭ ਤੋਂ ਪਹਿਲਾਂ ਮੈਂ ਆਪਣੇ ਸਾਈਕਲ ਨੂੰ ਪਾਰਕਿੰਗ ਵਿੱਚ ਲੌਕ ਲਗਾ ਦਿੱਤਾ ਤੇ ਜੋੜਾ ਘਰ ਵਿੱਚ ਆਪਣੇ ਜੋੜੇ ਵੀ ਜਮ੍ਹਾਂ ਕਰਵਾ ਦਿੱਤੇ। ਉਸ ਤੋਂ ਬਾਅਦ ਇਸ ਗੇਟਵੇਜ ਦੀ ਲੰਘਦੇ ਹੋਏ ਮੈਂ ਸਰੋਵਰ ਕੋਲ ਪਹੁੰਚ ਗਿਆ ਤੇ ਇੱਥੇ ਐਂਟਰ ਕਰਦੇ ਹੀ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ। ਉਸ ਤੋਂ ਬਾਅਦ ਮੈਂ ਸਥਾਨ ਸ਼੍ਰੀ ਸੁਖਮਨੀ ਸਾਹਿਬ ਦੇ ਪਹੁੰਚਿਆ ਤੇ ਇੱਥੇ ਮੱਥਾ ਟੇਕਿਆ। ਇੱਥੇ ਨਾਲ ਹੀ ਬਣੇ ਹੋਏ ਮੈਂ ਸ਼੍ਰੀ ਪੋਰਾ ਸਾਹਿਬ ਜੀ ਦੇ ਵੀ ਦਰਸ਼ਨ ਕਰ ਲਿੱਤੇ। ਉਸ ਤੋਂ ਬਾਅਦ ਮੈਂ ਇੱਥੋਂ ਦੀ ਲੰਘਦਾ ਹੋਇਆ ਦਰਬਾਰ ਸਾਹਿਬ ਲੰਕੀ ਮੈਂ ਮੱਥਾ ਟੇਕ ਗਿਆ ਤੇ ਸੱਚਖੰਡ ਪੂਰਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਬਾਬਾ ਨਾਨਕ ਸਿੰਘ ਜੀ ਦੇ ਭਜਨਗੜ੍ਹ ਵਿੱਚ ਪਹੁੰਚ ਗਿਆ ਅੰਦਰ ਜਾਂਦੇ ਹੀ ਮੈਂ ਇੱਥੋਂ ਦੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਅਜ ਦਾ ਲਿਖਿਆ ਹੋਇਆ ਫਰਮਾਨ ਵੀ ਪੜ੍ਹ ਲਿਆ ਫਰਮਾਨ ਪੜ੍ਹਨ ਤੋਂ ਬਾਅਦ ਮੈਂ ਨਾਰਾਇਣ ਨਵਾਸ ਸੱਚ ਪਹੁੰਚ ਗਿਆ ਤੇ ਇੱਥੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਮੈਂ ਲੰਗਰ ਹਾਲ ਵਿੱਚ ਪਹੁੰਚਿਆ ਤੇ ਇੱਥੇ ਪ੍ਰਸ਼ਾਦਾ ਵੀ ਛਕ ਲਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਮੈਂ ਇੱਥੇ ਲਿਖਿਆ ਹੋਇਆ ਏਕ ਓਮਕਾਰ ਦੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਬਾਹਰ ਸਜੀਆਂ ਹੋਈਆਂ ਦੁਕਾਨਾਂ ਵਿੱਚ ਪਹੁੰਚ ਗਿਆ ਇੱਥੇ ਮੈਂ